ਕੈਨੇਡਾ ਪੋਸਟ ਦੇ ਮੁਲਾਜ਼ਮ ਜਿੱਥੇ ਦਿਨ ਰਾਤ ਆਪੋ ਆਪਣੀਆਂ ਡਿਊਟੀਆਂ ਨਿਭਾਉਣ ਵਿੱਚ ਵਿਅਸਤ ਰਹਿੰਦੇ ਨੇ, ਉੱਥੇ ਮੌਕਾ ਤਾੜ ਕੇ ਮਨੋਰੰਜਨ ਲਈ ਵੱਖੋ ਵੱਖ ਪ੍ਰੋਗਰਾਮਾਂ ਦਾ ਆਯੋਜਨ ਵੀ ਕਰਦੇ ਨੇ। ਕੈਨੇਡਾ ਪੋਸਟ ਦੇ ਮੁਲਾਜ਼ਮਾਂ ਵੱਲੋਂ ਐਡਮਿੰਟਨ ਦੇ ਮਹਾਰਾਜਾ ਬੈਂਕਟ ਹਾਲ ਵਿੱਚ ਪਿਛਲੇ ਦਿਨੀ ਕ੍ਰਿਸਮਸ ਅਤੇ ਨਵੇਂ ਵਰ੍ਹੇ ਦੀ ਆਮਦ ਦੇ ਸੰਬੰਧ ਵਿੱਚ ਸ਼ਾਨਦਾਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਵੱਡੀ ਸੰਖਿਆ ਵਿੱਚ ਕੈਨੇਡਾ ਪੋਸਟ ਦੇ ਬਹੁ ਗਿਣਤੀ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ। ਆਪਸੀ ਸਾਂਝ ਹੋਰ ਵਧਾਉਣ ਦੇ ਉਦੇਸ਼ ਨੂੰ ਲੈ ਕੇ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਲੋਕ ਗੀਤ ਵੀ ਗੂੰਜੇ ਅਤੇ ਲੋਕ ਨਾਚਾਂ ਦੀ ਧਮਾਲ ਵੇਖਣ ਨੂੰ ਮਿਲੀ। Time, it takes effort and takes dedication to organize these kind of events. So can we please give a big, big round of applause? ਇਸ ਪ੍ਰੋਗਰਾਮ ਵਿੱਚ ਕੈਨੇਡਾ ਦੇ ਕੈਬਨਿਟ ਮੰਤਰੀ ਅਮਰਜੀਤ ਸੋਹੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਬੰਧਕਾਂ ਨੂੰ ਇਸ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਵੀ ਦਿੱਤੀ। ਇਸ ਦੌਰਾਨ ਉਹ ਨੰਨੇ ਮੁੰਨੇ ਕਲਾਕਾਰਾਂ ਨੂੰ ਵੀ ਮਿਲੇ ਅਤੇ ਉਹਨਾਂ ਦੇ ਨਾਲ ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ। ਰੰਗ ਬਿਰੰਗੀਆਂ ਰੋਸ਼ਨੀਆਂ ਵਿੱਚ ਡੀਜੇ ਦੀਆਂ ਸੰਗੀਤਕ ਧੁਨਾਂ ਅਤੇ ਪੰਜਾਬੀ ਹੈਰੀਟੇਜ ਫਾਊਂਡੇਸ਼ਨ ਦੇ ਕਲਾਕਾਰਾਂ ਨੇ ਉੱਘੇ ਭੰਗੜਾ ਕਲਾਕਾਰ ਅਤੇ ਫਾਊਂਡੇਸ਼ਨ ਦੇ ਡਾਇਰੈਕਟਰ ਮਨਜੀਤ ਸਿੰਘ ਦੀ ਅਗਵਾਈ ਹੇਠ ਵੱਖੋ ਵੱਖ ਗੀਤਾਂ ਉੱਤੇ ਨਾਚ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ। ਸ਼ਿਲਪੀ ਚਾਵਲਾ ਨੇ ਆਪਣੀਆਂ ਸਾਥਣਾਂ ਸਮੇਤ ਵਧੀਆ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਰਾਜ ਸ਼ਰਮਾ, ਜਗਜੀਤ ਗਿੱਲ, ਰਾਣਾ ਬਾਠ, ਚਰਨਜੀਤ, ਗੁਰਜੀਤ, ਰੋਜੀ ਨਿਜਰ, ਕਮਲ ਗਿੱਲ ਅਤੇ ਸਰਬਜੀਤ ਕੌਰ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ ਅਤੇ ਅੰਤ ਵਿੱਚ ਕੈਨੇਡਾ ਪੋਸਟ ਦੇ ਬਹੁ ਗਿਣਤੀ ਮੁਲਾਜ਼ਮ ਗੀਤ ਸੰਗੀਤ ਦੀਆਂ ਧੁਨਾਂ 'ਤੇ ਜੀ ਭਰ ਕੇ ਨੱਚੇ ਅਤੇ ਲੋਕਾਂ ਦਾ ਵਧੀਆ ਮਨੋਰੰਜਨ ਕੀਤਾ।